ਸਸਿਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਭ ਤੋਂ ਪਹਿਲਾਂ ਜਲੰਧਰ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਪਿਛਲੇ 1 ਸਾਲ ਦੇ ਲੋਕ ਪੱਖੀ ਕੰਮਾਂ ਤੇ ਹਾਂ ਪੱਖੀ ਮੋਹਰ ਲਾ ਕੇ ਸਾਡਾ ਹੌਸਲਾ ਵਧਾਇਆ ਇੱਕ ਵਾਰ ਫਿਰ ਤਹਿ ਦਿਲੋਂ ਧੰਨਵਾਦ ਅੱਜ ਦੇ ਇਸ ਵੀਡੀਓ ਦਾ ਮਕਸਦ ਝੋਨੇ ਦੀ ਲਵਾਈ ਝੋਨੇ ਦਾ ਸੀਜ਼ਨ ਪਿਛਲੇ ਸਾਲ ਅਸੀਂ ਇੱਕ ਤਜਰਬਾ ਕੀਤਾ ਸੀ ਕਿ ਇੱਕਦਮ ਝੋਨਾ ਲਾਉਣ ਦੀ ਬਜਾਏ ਪੰਜਾਬ ਨੂੰ ਦੋ ਤਿੰਨ ਭਾਗਾਂ 'ਚ ਵੰਡਿਆ ਸੀ ਬੜਾ ਸਫਲ ਰਿਹਾ ਸੀ ਉਹ ਤਜਰਬਾ ਸੋ ਇਸ ਵਾਰ ਵੀ ਅਸੀਂ ਪੰਜਾਬ ਨੂੰ ਚਾਰ ਭਾਗਾਂ ਦੇ ਵਿੱਚ ਵੰਡ ਰਹੇ ਹਾਂ ਤੇ ਝੋਨੇ ਦੀ ਲਵਾਈ ਜਿਹੜੀ ਹੈ ਝੋਨੇ ਦਾ ਸੀਜ਼ਨ ਜਿਹੜਾ ਹੈ ਉਹਦੀਆਂ ਡੇਟਾਂ ਜਿਹੜੀਆਂ ਨੇ ਉਹਦੀਆਂ ਤਰੀਕਾਂ ਜਿਹੜੀਆਂ ਨੇ ਉਹ ਮੈਂ ਅਨਾਉਂਸ ਕਰਨ ਲੱਗਿਆ ਕਿ ਇਹਨਾਂ ਇਹਨਾਂ ਜ਼ਿਲ੍ਹਿਆਂ 'ਚ ਇੰਨੀ ਇੰਨੀ ਤਰੀਕ ਤੱਕ ਝੋਨਾ ਲੱਗੂਗਾ ਉਸ ਹੱਬ ਨਾਲ ਤੁਹਾਨੂੰ ਬਿਜਲੀ ਵੀ ਜਿਹੜੀ ਇਹ ਪੂਰੀ ਦਿੱਤੀ ਜਾਊਗੀ ਸਭ ਤੋਂ ਪਹਿਲਾਂ ਜੋਨ ਹੈਗਾ ਜੋ ਬਾਰਡਰ ਦੇ ਨਾਲ ਤਾਰ ਹੈ ਤਾਰ ਦੇ ਪਰਲੇ ਪਾਸੇ ਜੋ ਤਾਰ ਦੇ ਪਰਲੇ ਪਾਸੇ ਤਾਰ ਦੇ ਪਾਰ ਜਿਹੜੇ ਖੇਤ ਨੇ ਉਹ 10 ਜੂਨ ਤੋਂ ਝੋਨੇ ਦੀ ਬਿਜਾਈ ਕਰ ਸਕਦੇ ਨੇ ਜਿੰਨੇ ਵੀ ਤਾਰ ਤੋਂ ਪਾਰ ਦੇ ਖੇਤ ਨੇ ਤੇ ਉਹਨਾਂ ਨੂੰ ਜਿਹੜੀ ਬਿਜਲੀ ਹੈ ਉਹ ਵੀ ਦਿਨੇ ਦਿੱਤੀ ਜਾਊਗੀ ਕਿਉਂਕਿ ਰਾਤ ਨੂੰ ਜਿਹੜੇ ਬਾਰਡਰ ਏਰੀਆ ਹੋਣ ਕਰਕੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਕਿਸਾਨਾਂ ਨੇ ਸਾਨੂੰ ਇਹ ਸੁਝਾਅ ਦਿੱਤਾ ਸੀ ਤੇ ਉਹਨੂੰ ਮੰਨਦੇ ਹੋਏ ਅਸੀਂ 10 ਜੂਨ ਤੋਂ ਤਾਰ ਦੇ ਪਾਰ ਝੋਨੇ ਦੀ ਬਜਾਈ ਦੀ ਸ਼ੁਰੂਆਤ ਹੋਊਗੀ ਤੇ ਦਿਨੇ ਬਿਜਲੀ ਮਿਲੂਗੀ ਉਹਨਾਂ ਨੂੰ 8 ਘੰਟੇ ਜਾਂ 8 ਤੋਂ ਵੱਧ ਵੀ ਮਿਲ ਸਕਦੀ ਹੈ ਫਿਰ ਹੈਗਾ ਜੀ 16 ਜੂਨ ਨੂੰ 16 ਜੂਨ ਨੂੰ ਜਿਹੜੇ 7 ਜ਼ਿਲ੍ਹੇ ਅਸੀਂ ਚੁਣੇ ਨੇ 16 ਜੂਨ ਤੋਂ ਲੈ ਕੇ 16 17 18 ਮਤਲਬ ਉਹ ਚੋਨਾ ਲਾਉਣਗੇ ਉਹ ਜ਼ਿਲ੍ਹੇ ਨੇ ਫਿਰੋਜ਼ਪੁਰ ਫਰੀਦਕੋਟ ਪਠਾਨਕੋਟ ਸ਼੍ਰੀ ਫਤਿਹਗੜ ਸਾਹਿਬ ਗੁਰਦਾਸਪੁਰ ਸ਼ਹੀਦ ਭਗਤ ਸਿੰਘ ਨਗਰ ਤਰਨਤਾਰ ਇਹ ਸੱਤ ਜ਼ਿਲ੍ਹੇ 16 ਜੂਨ ਤੋਂ ਝੋਨੇ ਦੀ ਜਿਹੜੀ ਬਿਜਾਈ ਕਰਨਗੇ ਇਹਨਾਂ ਨੂੰ 16 ਜੂਨ ਤੋਂ ਜਿਹੜੀ ਹੈ ਬਿਜਲੀ ਜਿਹੜੀ ਹੈ ਉਸੇ ਹਿਸਾਬ ਨਾਲ 8 ਘੰਟੇ ਤੇ 8 ਘੰਟੇ ਤੋਂ ਉੱਪਰ ਵੀ ਮਿਲੋਗੇ ਨਾਲ ਨਹਿਰੀ ਪਾਣੀ ਵੀ ਨਰ ਨਾਲ ਹੋਊਗਾ ਜਿੱਥੇ ਜਿੱਥੇ ਵੀ ਨਹਿਰੀ ਪਾਣੀ ਦੀ ਸੁਵਿਧਾ ਹੈਗੀ 19 ਜੂਨ ਨੂੰ ਤੀਜਾ ਭਾਗ ਹੈ ਜਿਹਦੇ ਵਿੱਚ ਰੂਪਨਗਰ ਰੋਪੜ ਸਹਿਬਜ਼ਾਦਾਜੀਤ ਸਿੰਘ ਨਗਰ ਮੁਹਾਲੀ ਕਪੂਰਥਲਾ ਲੁਧਿਆਣਾ ਫਾਜ਼ਿਲਕਾ ਬਠਿੰਡਾ ਤੇ ਅੰਮ੍ਰਿਤਸਰ ਇਹ ਸੱਤ ਜ਼ਿਲ੍ਹੇ ਜਿਹੜੇ ਨੇ ਉਹ 19 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ ਤੇ 21 ਜੂਨ ਤੋਂ ਜਿਹੜੇ 9 ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਪਟਿਆਲਾ ਜਲੰਧਰ ਸ੍ਰੀ ਮੁਕਤਸਰ ਸਾਹਿਬ ਹੁਸ਼ਿਆਰਪੁਰ ਸੰਗਰੂਰ ਮਲੇਰਕੋਲਾ ਬਰਨਾਲਾ ਮਾਨਸਾ ਇਹ 9 ਜ਼ਿਲ੍ਹੇ ਜਿਹੜੇ ਨੇ ਉਹ 21 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ ਉਸ ਹਿਸਾਬ ਨਾਲ ਇਹਨਾਂ ਨੂੰ ਬਿਜਲੀ ਜਿਹੜੀ ਹੈ ਉਹ ਲਗਾਤਾਰ ਮਿਲੇਗੀ ਕੋਈ ਬਿਜਲੀ ਵੀ ਕੱਟ ਨਹੀਂ ਰਹੂਗੀ ਮੈਂ ਕਈ ਜਗ੍ਹਾ ਤੇ ਬੋਲਦੇ ਹੋਏ ਕਿਹਾ ਕਿ ਇਸ ਵਾਰ ਪਿਛਲੀ ਵਾਰ ਵੀ ਹੋਇਆ ਇਸ ਵਾਰ ਵੀ ਹੋਊਗਾ ਕਿ ਮੋਟਰਾਂ ਬੰਦ ਕਰਕੇ ਜਿਹੜਾ ਉਹ ਝੋਨਾ ਲਾਉਣਗੇ ਲੋਕ ਕਿਉਂਕਿ ਬਿਜਲੀ ਸਾਡੇ ਕੋਲ ਕੋਈ ਕਮੀ ਨਹੀਂ ਸਾਡੇ ਕੋਲ 1.5 ਮਹੀਨੇ ਦਾ ਕੋਲਾ ਪਿਆ ਔਰ ਇੱਕ ਜਿਹੜੀ ਮੈਂ ਬੇਨਤੀ ਕਰਨੀ ਹੈ ਉਹ ਇਹ ਹੈ ਕਿ ਜਿਹੜੀ ਪੂਸਾ 144 ਹੈ ਉਹ ਤੋਂ ਜਿੰਨਾ ਹੋ ਸਕੇ ਗੁਰੇਜ਼ ਕੀਤਾ ਜਾਵੇ ਉਹਨੂੰ ਵੇਚਣ ਤੋਂ ਕਿਉਂਕਿ ਉਹ ਦਿਨ ਵੀ ਬਹੁਤ ਲੈਂਦੀ ਹੈ 150 ਦਿਨ ਤੋਂ ਉੱਪਰ ਪੱਕਣ ਨੂੰ ਲੈਂਦੀ ਹੈ ਉਹਦੀ ਪਰਾਲੀ ਵੀ ਜ਼ਿਆਦਾ ਹੁੰਦੀ ਹੈ ਦਿਨ ਜ਼ਿਆਦਾ ਲੈਂਦੀ ਹੈ ਦਾ ਮਤਲਬ ਪਾਣੀ ਵੀ ਜ਼ਿਆਦਾ ਕੱਢਣਾ ਪਊਗਾ ਧਰਤੀ ਚੋਂ ਤਾਂ ਬਿਜਲੀ ਵੀ ਜ਼ਿਆਦਾ ਲੱਗੂਗੀ ਸੋ ਪੀਆਰ 126 ਜਿਹੜੀ ਹੈ ਕਿਸਮ ਉਹ 92 93 ਦਿਨਾਂ ਚ ਪੱਕਦੀ ਹੈ ਪਰਾਲੀ ਵੀ ਘੱਟ ਹੁੰਦੀ ਹੈ ਤੇ ਝਾੜ ਵੀ ਬਹੁਤ ਵਧੀਆ ਹੁੰਦਾ ਸੋ ਪੀਯੂ ਵੱਲੋਂ ਰეკਮੈਂਡਡ ਜਿੰਨੀਆਂ ਵੀ ਪੀਆਰ 126 ਜਾਂ ਪੀਆਰ 121 ਜਾਂ ਜਿੰਨੀਆਂ ਵੀ ਹੋਰ ਕਿਸਮਾਂ ਨੇ ਉਹਨਾਂ ਨੂੰ ਬੀਜਣ ਦੀ ਤਰਜੀਹ ਦਿਓ ਇੱਕ ਮਹੱਤਵਪੂਰਨ ਫੈਸਲਾ ਹੋਰ ਹੈ ਪਿਛਲੀ ਵਾਰ ਵੀ ਕੀਤਾ ਸੀ ਕਿ ਡੀਐਸਆ ਜਿਹੜੇ ਬਿਨਾ ਕਦੂ ਕੀਤਿਆਂ ਸਿੱਧੀ ਬਜਾਈ ਕਰਨਗੇ ਉਹਨਾਂ ਨੂੰ 1500 ਰੁਪਇਆ ਪਰ ਏਕੜ ਦੇ ਹਿਸਾਬ ਨਾਲ ਜਿਹੜੀ ਹੈ ਸਨਮਾਨ ਰਾਸ਼ੀ ਕਹਿ ਲਓ ਕਿਉਂਕਿ ਪਾਣੀ ਬਚਾਉਣਾ ਤਾਂ ਸਨਮਾਨ ਹੀ ਕਰਨਾ ਪੈਂਦਾ ਜਿਹਨੇ ਪਾਣੀ ਦਾ ਇੱਕ ਤੁਕਕਾ ਵੀ ਬਚਾਇਆ ਜਾਂ ਸਬਸਿਡੀ ਕਹਿ ਲਓ ਜੋ ਵੀ ਇਹਨੂੰ ਨਾਮ ਦਿਓਗੇ ਤਾਂ ਜਿਹੜੇ ਡੀਐਸਆਰ ਰਹੀ ਬਜਾਈ ਕਰਨਗੇ ਸਿੱਧੀ ਬਜਾਈ ਕਰਨਗੇ ਪਾਣੀ ਕੱਦੂ ਤੋਂ ਬਿਨਾ ਤਾਂ ਉਹਨਾਂ ਨੂੰ 1500 ਰੁਪਏ ਪਰ ਏਕੜ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਤੇ ਮੈਂ ਇੱਕ ਵਾਰੀ ਫੇਰ ਦੱਸ ਦਿਨਾ ਕਿ ਚਾਰ ਭਾਗਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਝੋਨੇ ਵਾਸਤੇ 10 ਜੂਨ ਤੋਂ ਤਾਰ ਦੇ ਪਰਲੇ ਪਾਸੇ ਜਿੰਨੇ ਵੀ ਬਾਰਡਰ ਦੇ ਤਾਰ ਜਿਹੜੀ ਆ ਉਹਦੇ ਪਰਲੇ ਪਾਸੇ ਖੇਤ ਨੇ ਉਹ ਲਾਉਣਗੇ ਝੋਨਾ ਤੇ 16 ਜੂਨ ਤੋਂ ਫਿਰੋਜ਼ਪੁਰ ਫਰੀਦਕੋਟ ਪਠਾਨਕੋਟ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਸ਼ਹੀਦ ਭਗਤ ਸਿੰਘ ਨਗਰ ਤੇ ਤਰਨਤਾਰਨ ਇਹ ਸੱਤ ਜ਼ਿਲ੍ਹੇ ਲਾਉਣਗੇ 19 ਜੂਨ ਤੋਂ ਰੂਪਨਗਰ ਮੋਹਾਲੀ ਕਪੂਰਥਲਾ ਲੁਧਿਆਣਾ ਫਾਜ਼ਿਲਕਾ ਬਠਿੰਡਾ ਅੰਮ੍ਰਿਤਸਰ ਇਹ ਸੱਤ ਜ਼ਿਲ੍ਹੇ ਲਾਉਣਗੇ ਤੇ 21 ਜੂਨ ਤੋਂ ਪਟਿਆਲਾ ਜਲੰਧਰ ਮੋਗਾ ਸ਼੍ਰੀ ਮੁਕਤਸਰ ਸਾਹਿਬ ਹੁਸ਼ਿਆਰਪੁਰ ਸੰਗਰੂਰ ਮਲੇਕੋਲਾ ਬਰਨਾਲਾ ਤੇ ਮਾਨਸਾ ਇਹ ਜ਼ਿਲ੍ਹੇ ਚ ਜਿਹੜੇ ਨੇ ਝੋਨਾ ਲਾਉਣਗੇ ਤੇ ਬਿਜਲੀ ਪੱਖੋਂ ਕੋਈ ਕਮੀ ਨਹੀਂ ਆਉਗੀ ਤੇ ਪਨੀਰੀ ਜਿਹੜੀ ਹੁਣ ਤੁਸੀਂ ਬੀਜੋਗੇ ਇੱਕ ਅੱਧੇ ਦਿਨ ਚ ਦੋ ਦਿਨਾਂ ਚ ਕਿਉਂਕਿ ਮਹੀਨਾ ਲੱਗ ਜਾਂਦਾ ਪਨੀਰੀ ਨੂੰ ਪੰਜ ਸੱਤ 10 ਦਿਨਾਂ ਚ ਜਿਹੜੀ ਪਨੀਰੀ ਬੀਜੋਗੇ ਉਹਦੇ ਵਾਸਤੇ 4 ਘੰਟੇ ਬਿਜਲੀ ਮਿਲੂਗੀ ਹਰ ਰੋਜ਼ ਉਹ 4 ਘੰਟੇ ਕਿਹੜੇ ਹੋਣਗੇ ਸਵੇਰੇ 5 ਤੋਂ 9 ਜਾਂ ਸ਼ਾਮ ਨੂੰ 6 ਤੋਂ 10 ਇਹ ਤੁਹਾਨੂੰ ਤੁਹਾਡੇ ਫੋਨ ਤੇ ਮੈਸੇਜ ਆ ਜਾਊਗਾ ਇਹ ਖੇਤਰੀ ਵਾਈਜ਼ ਇਹ ਵੰਡਿਆ ਗਿਆ ਕਿ ਕਿਹੜੇ ਕਿਹੜੇ ਇਹ ਏਰੀਏ ਦੇ ਵਿੱਚ ਪਨੀਰੀ ਵਾਸਤੇ ਚਾਰੇ ਵਾਸਤੇ ਜਾਂ ਸਬਜ਼ੀਆਂ ਵਾਸਤੇ 4 ਘੰਟੇ ਬਿਜਲੀ ਹਰ ਰੋਜ਼ ਤੁਹਾਨੂੰ ਮਿਲਦੀ ਰਹੂਗੀ ਤੇ ਬਿਜਲੀ ਦੀ ਕੋਈ ਕਮੀ ਨਹੀਂ ਤੇ ਨਹਿਰੀ ਪਾਣੀ ਵੀ ਇਸ ਵਾਰ ਭੱਤ ਤੋਂ ਬਾਅਦ ਅਸੀਂ ਖੇਤਾ ਤੱਕ ਪਹੁੰਚਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਹਾਂ ਤੇ ਕੋਸ਼ਿਸ਼ ਤੁਸੀਂ ਵੀ ਕਰਿਓ ਕਿ ਜੇ ਨਹਿਰੀ ਪਾਣੀ ਹੈ ਤਾਂ ਮੋਟਰ ਭਾਵੇਂ ਬੰਦ ਰੱਖਿਓ ਟਿਊਬਲ ਬੰਦ ਰੱਖਿਓ ਕਿਉਂਕਿ ਧਰਤੀ ਵਿੱਚਲਾ ਪਾਣੀ ਜਿਹੜਾ ਆਪਾਂ ਬਚਾਉਣਾ ਹੈ ਇੱਕ ਬਹੁਤ ਵੱਡੇ ਪੁੰਨ ਦਾ ਕੰਮ ਹੈ ਬਹੁਤ ਬਹੁਤ ਧੰਨਵਾਦ ਸਾਸੀ